खेडां वतन पंजाब दियां सीजन 2 दे तहत अजनाला दे कीर्तन दरबार ग्राउंड विखे कैबिनेट मंत्री कुलदीप सिंह धालीवाल वल्लों खेड मुकाबलियां दी शुरुआत करवाई गई। इस मौके बच्चों वल्लों गतके दे जौहर दिखाए गए अते रंगारंग प्रोग्राम भी पेश कीता गया। अजनाला विखे खेडां वतन पंजाब दियां सीजन 2 दी शुरुआत कैबिनेट मंत्री कुलदीप सिंह धालीवाल वल्लों हवा विच गुब्बारे छड्ड के कीती गई। इस मौके मंत्री धालीवाल ने सारे खिडारियों के नाल मुलाकात की अते यादगारी तस्वीरां भी खिंचवाईयां। उन्हें आख्या कि सरकार वल्लों शुरू करवाया गया यह एक वधिया उपराला है। नौजवानों नूं वध तों वध खेडां नाल जुड़ना चाहिए है क्योंकि सीएम मान वल्लों नौजवानों नूं इनाम भी दिते जाणगे अते खिडारियों नूं नौकरियां भी दित्तियां जाणगियां। अमृतसर दे विच जिहड़े साडे ब्लाक लैवल दे खेडां वतन पंजाब दियां हो रहियां उन्हां दा उद्घाटन कीता अजनाले दे विच और ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਸਾਡਾ ਯੂਥ ਮਜ਼ਬੂਤ ਹੋਊਗਾ। ਯੂਥ ਜਿਹੜਾ ਇਹਨਾਂ ਨੂੰ ਸਿਹਤ ਪੱਖੋਂ ਦਿਮਾਗ ਪੱਖੋਂ ਮਜ਼ਬੂਤ ਕਰਨਾ ਖੇਡਾਂ ਸਭ ਤੋਂ ਵੱਡਾ ਇੱਕ ਸਾਧਨ ਨੇ। ਸੋ ਮਾਨ ਸਾਹਿਬ ਨੇ ਇਹ ਖੇਡਾਂ ਪਿਛਲੇ ਸਾਲ ਸ਼ੁਰੂ ਕਰਾਈਆਂ ਸੀਗੀਆਂ। ਐਤਕਾ 29 ਅਗਸਤ ਨੂੰ ਜਿਹੜਾ ਮਾਨ ਸਾਹਿਬ ਨੇ ਇਹਦਾ ਉਦਘਾਟਨ ਬਠਿੰਡੇ ਦੇ ਵਿੱਚ ਕੀਤਾ ਦੂਜੀ ਵਾਰ ਔਰ ਸਾਡੇ ਬਹੁਤ ਪਿਆਰੇ ਮੰਤਰੀ ਖੇਡ ਮੰਤਰੀ ਮੀਤ ਹੇਰ ਜੀ ਦੀ ਅਗਵਾਈ ਦੇ ਹੇਠ ਪੂਰੇ ਪੰਜਾਬ ਦੇ ਵਿੱਚ ਖੇਡਾਂ ਮਤਲਬ ਜਿਹੜੀਆਂ ਕਰਾਈਆਂ ਜਾ ਰਹੀਆਂ ਜਿਹੜੀਆਂ ਅੱਜ ਜਿਹੜੀਆਂ ਇੱਥੇ ਅੰਮ੍ਰਿਤਸਰ ਅਤੇ ਅਜਨਾਲੇ ਦੇ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਮੈਂ ਉਹਦੇ ਵਾਸਤੇ ਆਇਆ ਸੀਗਾ ਔਰ ਮੈਂ ਬੱਚਿਆਂ ਨੂੰ ਕਹੂੰਗਾ ਕਿ ਤਕੜੇ ਹੋ ਕੇ ਖੇਡਣ ਅਤੇ ਨਸ਼ਿਆਂ ਦੇ ਲਾਗੇ ਨਹੀਂ ਜਾਣਾ। ਖੇਡਣਗੇ ਅਤੇ ਜਿੱਦਾਂ ਮਾਨ ਸਾਹਿਬ ਨੇ ਕਿਹਾ ਖਿਡਾਰੀਆਂ ਨੂੰ ਚੰਗੇ ਨਾਮ ਵੀ ਦੇਵਾਂਗੇ ਸਰਕਾਰ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਵੀ ਦਿਓ। ਤਰੀਆ ਸਾਹਿਬ ਗੱਲ ਕਰੀਏ ਪਿੰਡਾਂ ਦੇ ਵਿੱਚ ਸਟੇਡੀਅਮ ਦੀ ਬੜੀ ਕਮੀ ਹੈ ਕਿਉਂਕਿ ਬੱਚਿਆਂ ਨੂੰ ਬੜੀ ਬੜੀ ਪਹਿਲਾਂ ਤੋਂ ਬੜੀ ਬੜੀ ਇਸ ਚੀਜ਼ ਦੀ ਮੰਗ ਕੀਤੀ ਕਿ ਸਟੇਡੀਅਮ ਦਿੱਤੇ ਜਾਣ ਪਿੰਡਾਂ। ਨਹੀਂ ਦੇਖ ਸਾਹਿਬ ਮਾਨ ਸਾਹਿਬ ਨੇ ਸਾਰਾ ਪਲੈਨਿੰਗ ਕੀਤੀ ਹੈ ਸਭ ਕੁਝ ਮੀਤ ਹੇਰ ਜੀ ਕਾਫੀ ਸਟੇਡੀਅਮ ਸਾਡੇ ਪੰਜਾਬ 'ਚ ਬਣ ਗਏ ਇੱਥੇ ਵੀ ਆਪਾਂ ਉਹ ਸਟੇਡੀਅਮ ਜਿਹੜੇ ਸ਼ੁਰੂ ਕਰ ਰਹੇ ਹਾਂ ਜਲਦੀ ਉਹਦੇ ਲਈ ਪੈਸੇ ਵੀ ਆ ਗਏ ਸਾਰਾ ਕੁਝ ਆ ਗਿਆ ਆਪਾਂ ਸਟੇਡੀਅਮ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਬਣਾ ਕੇ ਦਾਂ। ਦੱਸ ਦਈਏ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਬਠਿੰਡਾ ਤੋਂ ਕੀਤੀ ਗਈ ਸੀ। ਅਜਨਾਲਾ ਤੋਂ ਪ੍ਰਦੀਪ ਅਰੋੜਾ ਦੀ ਰਿਪੋਰਟ ਹਮਦਰਦ ਟੀਵੀ।